ਤਬਾਦਲੇ ਦੇ ਬਾਅਦ ਇੱਕ ਪਟਵਾਰੀ ਨੇ ਪੁਰਾਣੀ ਜਗ੍ਹਾ ਤੇ ਦੁਬਾਰਾ ਤੈਨਾਤ ਹੋਣ ਦੇ ਲਈ ਆਪਣੀ ਜਗ੍ਹਾ ਤੇ ਆਏ ਵਿਅਕਤੀ ਦੀ ਸੁਪਾਰੀ ਦੇ ਕੇ ਉਸ ਦੀ ਕੁੱਟਮਾਰ ਕਰਾਉਣ ਦੇ ਮਾਮਲੇ ਵਿੱਚ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕੀਤਾ। ਦੋਸ਼ੀਆਂ ਨੂੰ CCTV ਫੁਟੇਜ ਦੇ ਆਧਾਰ ਤੇ ਪਛਾਣਿਆ ਗਿਆ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਦੀਪਕ ਸਿੰਗਲਾ ਦਾ ਤਰੀਕੇ ਵਿੱਚ ਤਬਾਦਲਾ ਹੋਇਆ ਸੀ, ਜਦਕਿ ਉੱਥੇ ਤੈਨਾਤ ਜਸਪ੍ਰੀਤ ਸਿੰਘ ਨੂੰ ਉੱਥੋਂ ਦਾਖਾ ਭੇਜਿਆ ਗਿਆ। ਅਸਲ ਵਿੱਚ ਜਸਪ੍ਰੀਤ ਨੇ ਹੀ ਦੀਪਕ ਸਿੰਗਲਾ ਨੂੰ ਹਟਾਉਣ ਲਈ ਇਹ ਹਮਲਾ ਕਰਵਾਇਆ ਸੀ ਅਤੇ ਉਸਨੇ ਦੀਪਕ ਸਿੰਗਲਾ ਨੂੰ ਡਰਾਉਣ ਲਈ ਕੁਝ ਲੋਕਾਂ ਨੂੰ 30,000 ਰੁਪਏ ਦੀ ਸੁਪਾਰੀ ਵੀ ਦਿੱਤੀ। ਫਿਲਹਾਲ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ 10 ਸਤੰਬਰ ਨੂੰ ਲੁਧਿਆਣੇ ਦੇ ਵਿੱਚ ਇੱਕ ਦੀਪਕ ਸਿੰਗਲਾ ਪਟਵਾਰੀ, ਜੋ ਕਿ ਆਪਣੀ ਬਦਲੀ ਤੋਂ ਬਾਅਦ 3K ਸਰਕਲ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਸੀ, ਉਹਨਾਂ ਨੂੰ 4 ਅਣਪਛਾਤੇ ਬੰਦਿਆਂ ਨੇ ਸੱਟਾਂ ਮਾਰੀਆਂ ਸੀਗੀਆਂ। ਇਹ ਬਲਾਈਂਡ ਕੇਸ ਸੀ। ਇਸ ਨੂੰ ਸਦਰ ਪੁਲਿਸ ਨੇ ਆਪਣੇ ACP ਔਰ ADCP ਸਾਹਿਬ ਦੀ ਅਗਵਾਈ ਹੇਠ ਮਿਹਨਤ ਨਾਲ ਟਰੇਸ ਕਰ ਲਿਆ ਹੈ। ਇਹਦੇ ਵਿੱਚ 4 ਮੁਲਜ਼ਮ ਜਿਨ੍ਹਾਂ ਨੇ ਕਿ ਸੁਪਾਰੀ ਲੈ ਕੇ ਸੱਟਾਂ ਮਾਰੀਆਂ ਸੀਗੀਆਂ, ਉਹ ਆਈਡੈਂਟੀਫਾਈ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਜਿਹੜਾ ਉੱਥੇ 3K ਦੇ ਵਿੱਚ ਪੁਰਾਣਾ ਇੱਕ ਪਟਵਾਰੀ ਲੱਗਿਆ ਹੋਇਆ ਸੀ, ਜੋ ਕਿ ਉੱਥੋਂ ਬਦਲੀ ਨਹੀਂ, ਹੁਣ ਆਪਣੇ ਆਪ ਨੂੰ ਬਦਲੀ ਨਹੀਂ ਕਰਾਉਣਾ ਚਾਹੁੰਦਾ ਸੀ, ਅਤੇ ਜਿਹੜੇ ਨਵੇਂ ਉਹ ਪਟਵਾਰੀ ਉੱਥੇ ਬਦਲ ਕੇ ਆਏ ਸੀ ਦੀਪਕ ਸਿੰਗਲਾ, ਉਹਨਾਂ ਨੂੰ ਡਰਾਉਣ ਦੀ ਖਾਤਰ ਇਹਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸੁਪਾਰੀ ਦਿੱਤੀ ਸੀ। ਉਹ ਅਸੀਂ ਪਟਵਾਰੀ ਜਸਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ 3 ਸੁਪਾਰੀ ਵਾਲੇ ਜਿਨ੍ਹਾਂ ਨੇ ਸੁਪਾਰੀ ਲੈ ਕੇ ਸੱਟਾਂ ਮਾਰੀਆਂ ਸੀਗੀਆਂ, 30,000 ਦੀ ਸੁਪਾਰੀ ਲਈ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ 3 ਦੋਸ਼ੀ ਇਹਦੇ ਵਿੱਚ ਹਾਲੇ ਗ੍ਰਿਫਤਾਰ ਕਰਨੇ ਬਾਕੀ ਹੈ, 4 ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਜਸਵਿੰਦਰ ਸਿੰਘ, ਜਿਹਨੇ ਸੁਪਾਰੀ ਲੈ ਕੇ ਸੱਟਾਂ ਮਾਰੀਆਂ ਸੀਗੀਆਂ, ਇਹਦੇ ਖਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ 2018 ਦੇ ਵਿੱਚ 307 ਦਾ ਸ਼ਿਮਲਾਪੁਰੀ ਥਾਣੇ ਦੇ ਵਿੱਚ ਦਰਜ ਹੈ। ਅਤੇ ਬਾਕੀ ਵੀ ਅਸੀਂ ਰਿਕਾਰਡ ਦੀ ਪੜਤਾਲ ਕਰ ਰਹੇ ਹਾਂ, ਇਹਨਾਂ ਦੀ ਬਾਕੀ ਵੀ ਡੂੰਘਾਈ ਨਾਲ ਪੁੱਛਗਿੱਛ ਜਾ ਰਹੀ ਹੈ। ਇਹ ਨਸ਼ੇ ਦੀ ਵੀ ਆਦੀ ਹੈ, ਇਹਨਾਂ ਨੇ ਮੰਨਿਆ ਹੈਗਾ ਕਿ ਅਸੀਂ ਛੋਟਾ ਮੋਟਾ ਨਸ਼ਾ ਵੀ ਕਰਦੇ ਹਾਂ, ਅਸੀਂ ਉਸ ਦੀ ਵੀ ਪੜਤਾਲ ਕਰ ਰਹੇ ਹਾਂ। ਇਹਨਾਂ ਦਾ ਜਿੱਦਾਂ ਮੈਂ ਦੱਸਿਆ ਕਿ ਜਸਪ੍ਰੀਤ ਦੇ ਖਿਲਾਫ਼ ਪਹਿਲਾਂ ਵੀ 307 ਦਾ ਮੁਕੱਦਮਾ ਸ਼ਿਮਲਾਪੁਰੀ ਥਾਣੇ ਹੈ, ਇਹ ਨਸ਼ੇ ਦੇ ਵੀ ਆਦੀ ਹੈ। ਬਾਕੀ ਇਹ ਟੋਟਲ 7 ਮੁਲਜ਼ਮਾਂ ਦੇ ਵਿੱਚੋਂ 4 ਅਸੀਂ ਗ੍ਰਿਫਤਾਰ ਕਰ ਲਏ ਹਨ, ਕੇਸ ਨੂੰ ਟਰੇਸ ਕਰ ਲਿਆ ਹੈ। ਬਾਕੀ 3 ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਇਹ ਪਟਵਾਰੀ ਤਾਂ ਦੇਖੋ ਅਸੀਂ ਹਜੇ ਅਰੈਸਟ ਕੀਤਾ ਹੀ ਹੈ, ਇਹਦਾ ਨਾਂ ਆਪਣਾ ਜਸਪ੍ਰੀਤ ਸਿੰਘ ਹੈ, ਅਤੇ ਇਸ ਨੂੰ ਅਸੀਂ ਮਹਿਕਮੇ, ਜੋ ਵੀ ਇਹਨਾਂ ਦਾ ਮਹਿਕਮਾ ਹੈ, ਉਹਨਾਂ ਨੂੰ ਅਸੀਂ ਰੂਲ ਮੁਤਾਬਿਕ ਲਿਖਾਂਗੇ। ਅਤੇ ਜਦੋਂ ਅਰੈਸਟ ਹੁੰਦਾ ਬੰਦਾ ਤਾਂ ਉਹ ਸਸਪੈਂਡ ਤਾਂ ਹੋਣਾ ਉਹਦਾ ਲਾਜ਼ਮੀ ਹੈ, ਅਤੇ ਉਹ ਤਾਂ ਸਸਪੈਂਡ ਤਾਂ ਹੋਣਗੇ। ਇਹਨਾਂ ਤੋਂ ਜਿਹੜੇ ਇਹਨਾਂ ਨੇ ਵੈਪਨ ਵਾਰਦਾਤ ਦੇ ਵਿੱਚ ਯੂਜ਼ ਕੀਤੇ ਸੀ, ਜਿਸ ਨੂੰ ਕਿ ਆਪਾਂ ਦਾਅ ਵਗੈਰਾ ਕਹਿੰਦੇ ਹਾਂ, ਉਹ 3 ਦਾਅ ਬਰਾਮਦ ਕੀਤੇ ਹੈ, ਅਤੇ 2 ਮੋਟਰਸਾਈਕਲ ਇਹਨਾਂ ਜਿਹੜੇ ਇਹਨਾਂ ਨੇ ਵਾਰਦਾਤ ਦੇ ਵੇਲੇ ਯੂਜ਼ ਕੀਤੇ ਸੀ, ਉਹ ਅਸੀਂ ਬਰਾਮਦ ਕੀਤੇ। ਇਹ ਮੁਕੱਦਮਾ ਦਰਜ ਹੋਇਆ ਸੀ 307, 353, 186, 332, 333, 34 IPC ਦੇ ਤਹਿਤ, ਜਿਸ ਨੂੰ ਕਿ ਅਸੀਂ ਟਰੇਸ ਕੀਤਾ। ਇਹ ਮੁਕੱਦਮਾ ਸਦਰ ਥਾਣਾ ਲੁਧਿਆਣਾ ਦੇ ਵਿੱਚ ਦਰਜ ਹੋਇਆ ਸੀ। ਇਸ ਦੇ ਵਿੱਚ ਇਹਨਾਂ ਨੇ ਗੁੰਮਰਾਹ ਕਰਨ ਲਈ ਜਦੋਂ ਇਹਨਾਂ ਨੇ ਸੱਟਾਂ ਮਾਰੀਆਂ ਸੀਗੀਆਂ, ਉਸ ਵੇਲੇ ਮੂੰਹ ਟੱਕੇ ਹੋਏ ਸੀ, ਅਤੇ ਸੱਟਾਂ ਮਾਰਨ ਤੋਂ ਬਾਅਦ ਇਹ ਲਲਕਾਰਾ ਮਾਰ ਕੇ ਉਸਨੂੰ ਦੀਪਕ ਸਿੰਗਲਾ ਪਟਵਾਰੀ ਨੂੰ ਗਏ ਸੀ ਕਿ ਜੇ ਤੂੰ ਸਾਡੀ ਭੈਣ ਵੱਲ ਦੇਖਿਆ ਤਾਂ ਅਸੀਂ ਤੈਨੂੰ ਦੇਖ ਲਵਾਂਗੇ। ਜਿਹੜਾ ਮੁਲਜ਼ਮ ਪਟਵਾਰੀ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ, ਕਾਫੀ ਟਾਈਮ ਉਹ ਉੱਥੇ ਰਿਹਾ ਹੈ 3K ਦੇ ਵਿੱਚ, ਇਸ ਨੂੰ ਅਸੀਂ ਚੈੱਕ ਕਰ ਲੈਂਦੇ ਹਾਂ, ਲੇਕਿਨ ਇਹਦੀ ਬਦਲੀ ਹੁਣੇ 2 ਦਿਨ ਪਹਿਲਾਂ ਹੀ ਹੋਈ ਸੀ। ਇਹ ਮੁਲਜ਼ਮਾਂ ਦੀ ਏਜ ਤਕਰੀਬਨ 23-25 ਸਾਲ ਦੀ ਹੈ। ਗੈਂਗ ਲੀਡਰ ਇਹਨਾਂ ਦਾ ਹੈਪੀ, ਜਸਵਿੰਦਰ, ਜਗਜੀਤ, ਬੰਟੀ, ਇਹਦਾ 4 ਹੈ ਜਿਹੜੇ ਕਿ ਜਿਨ੍ਹਾਂ ਨੇ ਕਿ ਸੱਟਾਂ ਮਾਰੀਆਂ ਸੀਗੀਆਂ, ਅਤੇ ਨਵਨੀਤ ਔਰ ਪਵਨੀਤ ਹੈ ਜਿਹੜੇ ਕਿ ਪਟਵਾਰੀ ਜਿਹਨੇ ਸੱਟਾਂ ਮਰਵਾਈਆਂ ਸੀਗੀਆਂ ਉਹਦੇ ਦੋਸਤ ਸੀ, ਇਹਨਾਂ ਦੇ ਜਿਨ੍ਹਾਂ ਨੇ ਨਾ ਇਹਨਾਂ ਨੂੰ ਹਾਇਰ ਕੀਤਾ। ਓਵਰਆਲ ਬਾਕੀ ਇਸ ਕੇਸ ਦੇ ਵਿੱਚ ਮੇਨ ਕੁਰਸੀ ਜਗ੍ਹਾ ਨੂੰ ਲੈ ਕੇ ਹੋਇਆ ਵਾ, ਪੋਸਟਿੰਗ ਨੂੰ ਲੈ ਕੇ ਕੁਰਸੀ ਦੀ ਲੜਾਈ ਕਹਿ ਸਕਦੇ ਹਾਂ। ਲੁਧਿਆਣਾ ਤੋਂ ਅਜੇ ਪਾਹਵਾ ਦੀ ਰਿਪੋਰਟ, ATV ਨਿਊਜ਼।